ਇਹ ਕੋਈ ਪੰਪ ਨਹੀਂ ਹੈਗਾ ਕਿ ਮੈਂ ਇਹ ਵੀਡੀਓ ਵਿਊਜ਼ ਲਈ ਬਣਾ ਰਿਹਾ, ਇਹ ਸੱਚਾਈ ਹੈ ਜੋ ਦੁਨੀਆ ਜਾਣਦੀ ਹੈ ਪਰ ਆਪਾਂ ਨੂੰ ਘੱਟ ਪਤਾ। ਜਿਵੇਂ ਕਹਿੰਦੇ ਹੁੰਦੇ ਹਨ ਕਿ ਘਰ ਦੇ ਵਿੱਚ ਆਪਾਂ ਬੰਦੇ ਦੀ ਕਦਰ ਘੱਟ ਕਰਦੇ ਹਾਂ। ਇਹ ਦੁਨੀਆ ਜਿਹਨਾਂ ਖੋਜਾਂ ਕਰਕੇ ਚੱਲਦੀ ਹੈ ਉਹ ਖੋਜਾਂ ਸਿਰਫ ਗੋਰਿਆਂ ਨੇ ਨਹੀਂ ਕੀਤੀਆਂ, ਸਿਰਫ ਯਹੂਦੀਆਂ ਨੇ ਨਹੀਂ ਕੀਤੀਆਂ, ਸਾਡੇ ਵਾਲੇ ਵੀ ਕਈ ਰਿਕਾਰਡ ਕਾਇਮ ਕਰਕੇ ਬੈਠੇ ਆ। ਬਸ ਆਪਾਂ ਹੀ ਇੰਸਟਾਗ੍ਰਾਮ ਤੋਂ ਅੱਗੇ ਨਹੀਂ ਤੁਰੇ, ਆਪਾਂ ਹੀ ਉਸ ਸੋਚ ਦੇ ਹਾਣ ਦੇ ਨਹੀਂ ਬਣੇ ਜਿਹੜੀ ਦੁਨੀਆ 'ਤੇ ਰਾਜ ਕਰ ਰਹੀ ਆ। ਤਰਸੇਮ ਜੱਸੜ ਦਾ ਗੀਤ ਸੀ ਇੱਕ ਦੁਨੀਆ ਚਲਾਉਂਦੇ ਇਲੂਮੀਨਾਟੀ, ਜਿਸ ਵਿੱਚ ਉਸਨੇ ਇਲੂਮੀਨਾਟੀਆਂ ਰੋਥ ਚਾਈਲਡ ਬਾਰੇ ਕੁਝ ਕਲੂ ਦਿੱਤੇ ਸੀ, ਜਿਨ੍ਹਾਂ ਬਾਰੇ ਕੌਨਸਪੀਰੇਸੀ ਰਹਿੰਦੀ ਆ ਕਿ ਦੁਨੀਆ ਨੂੰ ਰਨ ਕਰਦੇ ਆ। ਭਾਵੇਂ ਇਸ ਵਿੱਚ ਸੱਚਾਈ ਵੀ ਹੈ ਕਿ ਦੁਨੀਆ ਭਰ ਦੀਆਂ ਸਰਕਾਰਾਂ, ਮੁਲਕਾਂ, ਲੀਡਰਾਂ ਨੂੰ ਕੁਝ ਚੋਣਵੇਂ ਲੋਕ ਚਲਾਉਂਦੇ ਆ, ਕੁਝ ਚੋਣਵੇਂ ਬੰਦੇ ਜੋ ਆਮ ਦੁਨੀਆ 'ਚ ਸਾਹਮਣੇ ਨਹੀਂ ਆਉਂਦੇ, ਬਸ ਉਹ ਪਰਦੇ ਪਿਛਲੇ ਕਿਰਦਾਰ ਹੁੰਦੇ ਆ। ਪਰ ਅੱਜ ਆਪਾਂ ਇਸ ਵੀਡੀਓ ਵਿੱਚ ਉਹਨਾਂ 3 ਸਿੱਖ ਸਰਦਾਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਅਸਲ ਵਿੱਚ ਦੁਨੀਆ ਨੂੰ ਚਲਾਉਣ ਵਾਲੇ ਕੰਮ ਕੀਤੇ ਆ। ਆਪਾਂ ATM ਵਰਤਦੇ ਹਾਂ, ਐਪਲ ਕੰਪਨੀ ਦਾ ਸਾਰਿਆਂ ਨੂੰ ਪਤਾ, HP ਬਾਰੇ ਸਾਰਿਆਂ ਨੂੰ ਪਤਾ। ਇਹ ਜੋ ਇੰਸਟਾਗ੍ਰਾਮ, ਫੇਸਬੁੱਕ, ਯੂਟਿਊਬ ਇਹ ਆਪਾਂ ਚਲਾ ਰਹੇ ਹਾਂ, ਇਹ ਬਣਾਈਆਂ ਭਾਵੇਂ ਯਹੂਦੀਆਂ ਨੇ ਆ, ਪਰ ਚੱਲਦੀਆਂ ਇਹ ਇੰਟਰਨੈਟ ਦੇ ਸਹਾਰੇ ਆ। ਇਹ ਜੋ ਮੋਬਾਈਲ ਅਤੇ ਹੋਰ ਚੀਜ਼ਾਂ 'ਚ IC ਫਿਊਜ਼ ਇਹ ਵਰਤੇ ਜਾਂਦੇ ਆ, ਅੱਜ ਆਪਾਂ ਇਹਨਾਂ ਦੀ ਖੋਜ ਕਰਨ ਵਾਲੇ ਉਹਨਾਂ ਸਿੱਖ ਸਰਦਾਰਾਂ ਬਾਰੇ ਬਾਤ ਪਾਉਣੀ ਹੈ ਜਿਨ੍ਹਾਂ ਬਾਰੇ ਪੰਜਾਬੀ ਹੀ ਨਹੀਂ ਜਾਣਦੇ। ਅਸੀਂ ਨੀਟੂ ਸ਼ਟਰਾਂ ਵਾਲੇ ਨੂੰ ਆਈਡਲ ਬਣਾ ਲਿਆ, ਚੁੰਮੇ ਵਾਲੀ ਭਾਬੀ ਨੂੰ ਸੋਸ਼ਲ ਮੀਡੀਆ ਇਨਫਲੂਐਂਸਰ ਸਮਝ ਲਿਆ। ਆਪਾਂ ਪੰਜਾਬੀਆਂ ਨੇ ਅੱਗੇ ਘੱਟਾ ਤੁਰਨਾ ਸੀ, ਊਂ ਵੀ 12 ਕਰਕੇ ਕੈਨੇਡਾ ਦੇ ਜਹਾਜ਼ ਦੀ ਬਾਰੀ ਫੜਨੀ ਸਾਡਾ ਮਕਸਦ ਹੈ। ਚਲੋ ਵੀਡੀਓ ਅੱਗੇ ਤੋਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਇੱਕ ਅਜਿਹੇ ਸਿੱਖ ਦੀ ਜੋ ਅਮਰੀਕਾ ਦੇ ਪੋਇਨੀਅਰ ਵਜੋਂ ਜਾਣਿਆ ਜਾਂਦਾ ਹੈ, ਜਿਸਨੇ IBM ਕੰਪਨੀ ਵਿੱਚ ਆਪਣਾ ਕੰਮ ਸ਼ੁਰੂ ਕੀਤਾ, ਫਿਰ ਦੁਨੀਆ ਦੀ ਮਸ਼ਹੂਰ ਕੰਪਨੀ ਐਪਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਹੇ ਅਤੇ ਵਰਲਡ ਵਾਈਡ ਮਾਰਕੀਟਿੰਗ ਹੈੱਡ ਰਹੇ। ਉਹ ਸਿੱਖ ਨੇ ਸਰਦਾਰ ਸਤਜੀਤ ਸਿੰਘ ਚਹਿਲ, ਜਿਨ੍ਹਾਂ ਨੇ ਦੁਨੀਆ ਦੀ ਪਹਿਲੀ ATM ਮਸ਼ੀਨ ਲਾਂਚ ਕੀਤੀ। ਸਰਦਾਰ ਚਹਿਲ ਅਮਰੀਕਾ ਦੀ ਟੈਕ ਇੰਡਸਟਰੀ ਦੇ ਮੋਢੀ ਜਾਣੇ ਜਾਂਦੇ ਆ। ਸਤਜੀਤ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ ਜੰਮੇ ਅਤੇ ਗ੍ਰੈਜੂਏਸ਼ਨ ਕਰਕੇ ਅਮਰੀਕਾ ਚਲੇ ਗਏ। ਉਸ ਤੋਂ ਬਾਅਦ ਉਹਨਾਂ ਨੇ PC ਵਿੱਚ ਵਰਤੀ ਜਾਂਦੀ ਆਡੀਓ ਟੈਕਨੋਲੋਜੀ, DVD ਅਤੇ ਟੂਲਸ ਆਦਿ ਬਣਾਉਣ ਲਈ ਤੋਸ਼ੀਬਾ ਅਤੇ ਵਾਰਨਰ ਬ੍ਰਦਰਸ ਕੰਪਨੀਆਂ ਨਾਲ ਕੋਲੈਬੋਰੇਟ ਕੀਤਾ। ਮਿਸ਼ਨ ਇੰਪੋਸੀਬਲ ਫਿਲਮ ਬਾਰੇ ਤੁਸੀਂ ਜਾਣਦੇ ਹੋ, ਇਸ ਦੇ ਐਕਟਰ ਟੌਮ ਕਰੂਜ਼ ਅਤੇ ਪੈਰਾਮਾਊਂਟ ਪਿਕਚਰਸ ਜਿਨ੍ਹਾਂ ਨੇ ਫਿਲਮ ਬਣਾਈ ਹੈ, ਇਹਨਾਂ ਵਿਚਕਾਰ ਜੋ ਅਲਾਇੰਸ ਹੋਇਆ ਉਹ ਅਲਾਇੰਸ ਸਰਦਾਰ ਸਤਜੀਤ ਸਿੰਘ ਚਹਿਲ ਨੇ ਹੀ ਕਰਾਇਆ ਸੀ। PC ਲੈਪਟੋਪ, ਪ੍ਰਿੰਟਰ ਵਗੈਰਾ ਬਣਾਉਣ ਵਾਲੀ ਕੰਪਨੀ ਹੈ HP, ਉਹਨੂੰ ਵੀ ਸਰਦਾਰ ਚਹਿਲ ਨੇ ਹੀ ਗਲੋਬਲ ਮਾਰਕੀਟ ਵਿੱਚ ਸਥਾਪਿਤ ਕਰਨ ਵਿੱਚ ਮਦਦ ਕੀਤੀ। ਸਤਜੀਤ ਸਿੰਘ ਚਹਿਲ ਦੇ ਪਿਤਾ ਪ੍ਰੀਤਮ ਸਿੰਘ ਚਹਿਲ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਨੁਵਾਦ ਲਿਖੇ। ਉਹਨਾਂ ਦੇ ਸੈੱਟਾਂ ਨੂੰ ਸਤਜੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਸੰਗਤਾਂ ਵਿੱਚ ਵੰਡ ਰਹੇ ਨੇ। ਸੋਚੋ ਜੇ ਇਸ ਐਪਲ ਨੂੰ ਲੋਕ ਬ੍ਰਾਂਡ ਮੰਨਦੇ ਆ, ਆਪਣੀ ਜਨਤਾ ਟੌਰ ਨਾਲ ਸ਼ੀਸ਼ਿਆਂ 'ਚ ਆਪਣਾ ਮੂੰਹ ਲੁਕਾ ਕੇ ਅਤੇ ਅੱਧਾ ਖਾਧਾ ਸੇਬ ਦਿਖਾਉਂਦੀ ਹੈ, ਉਹਦੀ ਵੱਡੀ ਪੋਸਟ 'ਤੇ ਬੈਠੇ ਸਰਦਾਰ ਬਾਰੇ ਕਿਸੇ ਪੰਜਾਬੀ ਨੂੰ ਪਤਾ? ਸ਼ਾਇਦ ਨਹੀਂ। ਆਪਾਂ ਸਭ ਨੇ ਥੋਮਸ ਅਲਵਾ ਦਾ ਨਾਮ ਸੁਣਿਆ ਹੋਣਾ, ਥੋਮਸ ਅਲਵਾ ਐਡੀਸਨ, ਜਿਹਨੇ ਬਲਬ ਦੀ ਖੋਜ ਕੀਤੀ। ਇਸ ਤੋਂ ਇਲਾਵਾ ਐਡੀਸਨ ਦੇ ਨਾਮ 'ਤੇ ਫੋਨੋਗ੍ਰਾਫ, ਫਿਲਮ ਕੈਮਰਾ, ਇਲੈਕਟ੍ਰੋਨਿਕ ਲਾਈਟ ਵਰਗੀਆਂ ਕਈ ਚੀਜ਼ਾਂ ਦੇ ਪੇਟੈਂਟ ਆ। ਐਡੀਸਨ ਦੇ ਨਾਮ 1093 ਚੀਜ਼ਾਂ ਦੇ ਪੇਟੈਂਟ ਰਜਿਸਟਰ ਆ, ਜੋ ਉਸਨੂੰ ਵਿਗਿਆਨ ਦੇ ਖੇਤਰ ਵਿੱਚ ਮਹਾਨ ਬਣਾਉਂਦੀਆਂ। ਪਰ ਅੱਜ ਆਪਾਂ ਜਿਸ ਵਿਗਿਆਨੀ ਬਾਰੇ ਤੁਹਾਡੇ ਨਾਲ ਸਾਂਝ ਪਾਵਾਂਗੇ, ਉਸ ਵਿਗਿਆਨੀ ਦੀਆਂ ਖੋਜਾਂ ਥੋਮਸ ਐਡੀਸਨ ਨਾਲੋਂ ਵੀ ਜ਼ਿਆਦਾ। ਉਹ ਸਿੱਖ ਵਿਗਿਆਨੀ ਐਡੀਸਨ ਦਾ ਰਿਕਾਰਡ ਤੋੜਦਿਆਂ 1229 ਖੋਜਾਂ ਆਪਣੇ ਨਾਮ ਕਰਾ ਚੁੱਕਾ ਹੈ। ਇਹ ਅਮਰੀਕਨ ਸਿੱਖ ਨੇ ਸਰਦਾਰ ਗੁਰਤੇਜ ਸਿੰਘ ਸੰਧੂ, ਜਿਨ੍ਹਾਂ ਦੁਨੀਆ ਨੂੰ ਦੱਸਿਆ ਕਿ ਸਿੱਖ ਕਿਸੇ ਵੀ ਪਾਸਿਓਂ ਘੱਟ ਨਹੀਂ ਹੈਗੇ, ਜਿਨ੍ਹਾਂ ਨੂੰ ਪੇਟੈਂਟ ਦਾ ਮਤਲਬ ਨਹੀਂ ਪਤਾ,
ਉਹਨਾਂ ਨੂੰ ਦੱਸ ਦਈਏ ਕਿ ਪੇਟੈਂਟ ਮਤਲਬ ਕਿਸੇ ਚੀਜ਼ ਦਾ ਅਧਿਕਾਰ, ਜਾਂ ਸਿੱਧੇ ਸ਼ਬਦਾਂ 'ਚ ਕਹੋ ਕਿ ਜਿਹਨੇ ਕੋਈ ਖੋਜ ਕੀਤੀ ਹੈ ਉਸ ਖੋਜ ਦਾ ਅਧਿਕਾਰ ਹੁੰਦਾ ਪੇਟੈਂਟ, ਜਿਸ ਨੂੰ ਹੋਰ ਕੋਈ ਵੀ ਆਪਣੇ ਨਾਮ ਰਜਿਸਟਰ ਨਹੀਂ ਕਰਾ ਸਕਦਾ। ਸਰਦਾਰ ਸੰਧੂ ਦਾ ਜਨਮ ਲੰਡਨ 'ਚ ਹੋਇਆ। ਪੰਜਾਬ ਤੋਂ ਉਹ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੀ ਪੜ੍ਹਾਈ ਕਰਕੇ ਚੈਪਲ ਹਿਲ ਦੀ ਯੂਨੀਵਰਸਿਟੀ ਆਫ ਨੌਰਥ ਕੈਰੋਲੀਨਾ ਚਲੇ ਗਏ ਡਾਕਟਰੇਟ ਇਨ ਫਿਜ਼ਿਕਸ ਦੀ ਪੜ੍ਹਾਈ ਕਰਨ। ਸੰਧੂ ਨੂੰ ਇੰਟੀਗ੍ਰੇਟਡ ਸਰਕਟ ਯਾਨੀ ICਵਿੱਚ ਕਾਫੀ ਰੁਚੀ ਸੀ। ICਯਾਨੀ ਜਦੋਂ ਆਪਾਂ ਕੋਈ ਇਲੈਕਟ੍ਰੋਨਿਕ ਡਿਵਾਈਸ ਚੀਜ਼ ਖੋਲ੍ਹਦੇ ਹਾਂ, ਕੋਈ ਕੰਪਿਊਟਰ PC ਖੋਲ੍ਹੀਏ ਤਾਂ ਉਹ 'ਚ ਕਾਲੇ ਰੰਗ ਦੀ ਇੱਕ ਚਿੱਪ ਹੁੰਦੀ ਹੈ, ਉਹ ਹੁੰਦੀ ਹੈ ICਉਹਨਾਂ ਦੀ ਮਿਹਨਤ ਅਤੇ ਪ੍ਰਤਿਭਾ ਨੂੰ ਦੇਖਦੇ 1999 'ਚ ਉਹਨਾਂ ਨੂੰ ਅਮਰੀਕਾ ਦੀਆਂ 2 ਟੌਪ ਕੰਪਨੀਆਂ ਤੋਂ ਨੌਕਰੀ ਲਈ ਔਫਰ ਆਈ ਸੀ। ਇੱਕ ਕੰਪਨੀ ਸੀ PC ਦੀ RAM ਬਣਾਉਣ ਵਾਲੀ ਕੰਪਨੀ ਟੈਕਸਾਸ ਇੰਸਟਰੂਮੈਂਟਸ, ਪਰ ਸੰਧੂ ਨੇ ਟੈਕਸਾਸ ਕੰਪਨੀ 'ਚ ਨੌਕਰੀ ਨਾ ਕਰਦਿਆਂ ਮਾਈਕਰੋਨ ਟੈਕਨੋਲੋਜੀ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਮਾਈਕਰੋਨ ਕੰਪਨੀ ਉਸ ਸਮੇਂ PC ਮੈਮਰੀ ਦੇ ਮਾਮਲੇ 'ਚ ਬਾਕੀ ਕੰਪਨੀਆਂ ਦੇ ਮੁਕਾਬਲੇ 18ਵੇਂ ਨੰਬਰ 'ਤੇ ਸੀ। ਇਸ ਸਮੇਂ ਮਾਈਕਰੋਨ ਕੰਪਨੀ ਦੇ ਨਾਮ 40,000 ਚੀਜ਼ਾਂ ਪੇਟੈਂਟ ਨੇ, ਜਿਨ੍ਹਾਂ 'ਚੋਂ 1299 ਚੀਜ਼ਾਂ ਦੇ ਪੇਟੈਂਟ ਇਕੱਲੇ ਸਰਦਾਰ ਸੰਧੂ ਦੇ ਨਾਮ ਨੇ। ਅੱਗੇ ਗੱਲ ਕਰਾਂਗੇ ਪੰਜਾਬ ਦੇ ਇੱਕ ਨਿੱਕੇ ਜਿਹੇ ਸ਼ਹਿਰ ਮੋਗਾ 'ਚ ਜਨਮੇ ਸਰਦਾਰ ਨਰਿੰਦਰ ਸਿੰਘ ਕਪਾਨੀ ਬਾਰੇ, ਜਿਨ੍ਹਾਂ ਨੂੰ ਸੰਸਾਰ ਵਿੱਚ ਫਾਈਬਰ ਆਪਟਿਕਸ ਦੇ ਪਿਤਾ ਵਜੋਂ ਜਾਣਿਆ ਜਾਂਦਾ। ਫਾਈਬਰ ਆਪਟਿਕਸ, ਜਿਨ੍ਹਾਂ ਰਾਹੀਂ ਇੰਟਰਨੈਟ ਚੱਲਦਾ। ਦੁਨੀਆ 'ਤੇ ਫਾਈਬਰ ਤਾਰਾਂ, ਟੈਲੀਫੋਨ, ਇੰਟਰਨੈਟ, ਕੇਬਲ ਨੈਟਵਰਕ ਨਾ ਹੁੰਦਾ ਜੇ ਡਾਕਟਰ ਕਪਾਨੀ ਵੱਲੋਂ ਕੀਤੀ ਗਈ ਖੋਜ ਨਾ ਹੁੰਦੀ। ਫੋਰਚੂਨ ਮੈਗਜ਼ੀਨ ਨੇ ਸੰਨ 1999 ਵਿੱਚ 20ਵੀਂ ਸਦੀ ਦੇ ਦੁਨੀਆ ਭਰ 'ਚੋਂ ਸਿਰਫ 7 ਬਿਜ਼ਨਸਮੈਨ ਆਫ ਦੀ ਸੈਂਚੁਰੀ ਚੁਣੇ, ਜਿਨ੍ਹਾਂ ਨੇ ਮਨੁੱਖਤਾ ਦੀ ਬਿਹਤਰੀ ਲਈ ਬਾਕਮਾਲ ਖੋਜਾਂ ਕੀਤੀਆਂ ਸੀ। ਉਹਨਾਂ 'ਚ ਤੀਜੇ ਨੰਬਰ 'ਤੇ ਮੋਗੇ ਦੇ ਜੰਪਲ ਡਾਕਟਰ ਨਰਿੰਦਰ ਸਿੰਘ ਕਪਾਨੀ ਦਾ ਨਾਮ ਵੀ ਸ਼ਾਮਲ ਸੀ। 31 ਦਸੰਬਰ 1926 ਨੂੰ ਜਨਮੇ ਡਾਕਟਰ ਕਪਾਨੀ ਦੇਹਰਾਦੂਨ ਦੇ ਸਕੂਲ 'ਚ ਪੜ੍ਹੇ, ਆਗਰਾ ਯੂਨੀਵਰਸਿਟੀ 'ਚੋਂ ਗ੍ਰੈਜੂਏਸ਼ਨ ਕੀਤੀ। ਉਹ ਤੋਂ ਬਾਅਦ ਉਹ ਇੰਪੀਰੀਅਲ ਕਾਲਜ ਲੰਡਨ ਗਏ, ਜਿੱਥੇ ਸੰਨ 1952 'ਚ ਆਪਟਿਕਸ ਉੱਤੇ ਉਹਨਾਂ ਨੇ PhD ਕੀਤੀ ਅਤੇ ਯੂਨੀਵਰਸਿਟੀ ਆਫ ਲੰਡਨ ਤੋਂ ਸੰਨ 1955 ਵਿੱਚ ਡਿਗਰੀ ਹਾਸਲ ਕੀਤੀ। ਮਹਾਨ ਸਾਇੰਸਦਾਨ ਆਇਨਸਟਾਈਨ, ਉਹਨਾਂ ਦੀ ਖੋਜ ਸੀ ਕਿ ਰੌਸ਼ਨੀ ਯਾਨੀ ਲਾਈਟ ਉਹ ਸਿੱਧੀ ਲਾਈਨ 'ਚ ਤੁਰਦੀ ਹੈ, ਪਰ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਡਾਕਟਰ ਕਪਾਨੀ ਨੇ ਆਪਣੀਆਂ ਖੋਜਾਂ ਰਾਹੀਂ ਇਹ ਸਾਬਤ ਕੀਤਾ ਕਿ ਰੌਸ਼ਨੀ ਨੂੰ ਮੋੜਿਆ ਜਾ ਸਕਦਾ। ਇਸੇ ਆਧਾਰ 'ਤੇ ਫਾਈਬਰ ਆਪਟਿਕਸ ਦਾ ਜਨਮ ਹੋਇਆ, ਜਿਹਨੇ ਮਨੁੱਖੀ ਇਲਾਜ ਦਾ ਕਾਇਆ ਕਲਪ ਕਰ ਦਿੱਤਾ ਅਤੇ ਤੇਜ਼ ਸਪੀਡ ਇੰਟਰਨੈੱਟ ਮੁਮਕਿਨ ਹੋਇਆ। ਇਸੇ ਫਾਈਬਰ ਆਪਟਿਕਸ ਦੀ ਖੋਜ ਨਾਲ ਹੀ ਅੱਜ ਦੁਨੀਆ ਭਰ ਵਿੱਚ ਦਿਲ, ਦਿਮਾਗ, ਫੇਫੜੇ, ਅੰਤੜੀਆਂ, ਜੋੜਾਂ, ਅੱਖਾਂ ਅੰਦਰ ਝਾਕਿਆ ਜਾ ਸਕਦਾ ਅਤੇ ਓਪਰੇਸ਼ਨ ਵੀ ਕੀਤੇ ਜਾ ਸਕਦੇ ਨੇ। ਕੈਂਸਰ ਦਾ ਓਪਰੇਸ਼ਨ, ਦਿਲ ਦੇ ਬਾਈਪਾਸ ਓਪਰੇਸ਼ਨ ਤੋਂ ਲੈ ਕੇ ਹਰ ਔਖੇ ਤੋਂ ਔਖਾ ਓਪਰੇਸ਼ਨ ਸਿਰਫ ਡਾਕਟਰ ਕਪਾਨੀ ਦੀ ਇਸ ਖੋਜ ਸਦਕਾ ਸੰਭਵ ਹੋਇਆ। ਰੌਸ਼ਨੀ ਨੂੰ ਮੋੜਨ ਵਾਲਾ ਯੋਧਾ, ਇਸ ਨਾਮ ਨਾਲ ਜਾਣੇ ਜਾਂਦੇ ਡਾਕਟਰ ਕਪਾਨੀ 4 ਦਸੰਬਰ 2020 ਨੂੰ ਇਸ ਫਾਨੀ ਦੁਨੀਆ ਨੂੰ 94 ਸਾਲਾਂ ਦੀ ਉਮਰ 'ਚ ਸਦੀਵੀ ਵਿਛੋੜਾ ਦੇ ਗਏ। ਇਹੋ ਜਿਹੇ ਮਿਸਾਲੀ ਸਿੱਖ ਬੌਧਿਕ ਵਿਗਿਆਨੀ ਨੂੰ ਜਦੋਂ 90 ਵਰੇ ਦੀ ਉਮਰ ਪੂਰੀ ਹੋਣ 'ਤੇ ਪੁੱਛਿਆ ਉਹਨਾਂ ਦੀਆਂ ਕਿਹੜੀਆਂ ਤਮੰਨਾ ਅਧੂਰੀਆਂ ਨੇ, ਤਾਂ ਉਹਨਾਂ ਦਾ ਜਵਾਬ ਸੀ, ਜੋ ਮੇਰਾ ਧਰਮ ਹੈ ਉਹ ਸਿਰਫ ਕਿਰਤ ਕਰਨਾ ਸਿਖਾਉਂਦਾ, ਦਸਵੰਧ ਵੰਡਣਾ ਸਿਖਾਉਂਦਾ ਅਤੇ ਸਰਬੱਤ ਦੀ ਭਲਾਈ ਦੇ ਕਾਰਜਾਂ ਲਈ ਪ੍ਰੇਰਿਤ ਕਰਦਾ। ਹੁਣ ਇਸ ਉਮਰੇ ਕੁਝ ਕਰਜ਼ਾ ਆਪਣੇ ਗੁਰੂਆਂ ਦੀ ਬਖਸ਼ੀ ਜ਼ੁਬਾਨ ਅਤੇ ਉਸਦੇ ਕਲਾ ਸਾਂਭਣ 'ਤੇ ਲਾ ਕੇ ਮਰਨ ਤੋਂ ਬਾਅਦ ਦਸ਼ਮੇਸ਼ ਪਿਤਾ ਨੂੰ ਦੱਸਣਾ ਚਾਹਾਂਗਾ ਕਿ ਮੈਂ ਮਿਸਾਲੀ ਮੌਤ ਮਰਿਆ। ਤਮੰਨਾ ਸਿਰਫ ਇਹ ਹੈ ਕਿ ਮੈਂ ਨੌਜਵਾਨਾਂ ਨੂੰ ਫਿਜ਼ਿਕਸ ਨਾਲ ਜੋੜ ਕੇ ਲੋਕ ਭਲਾਈ ਦੇ ਕਾਰਜਾਂ ਵੱਲ ਪ੍ਰੇਰ ਸਕਾਂ। ਹੁਣ ਫੈਸਲਾ ਖੁਦ ਕਰੋ ਕਿ ਅਸੀਂ ਇਹਨਾਂ ਖੋਜੀਆਂ ਨੂੰ ਕਿੰਨਾ ਕੁ ਜਾਣਦੇ ਹਾਂ, ਜਿਨ੍ਹਾਂ ਨੇ ਦੁਨੀਆ ਨੂੰ, ਮਨੁੱਖਤਾ ਨੂੰ ਵੱਡੀਆਂ ਖੋਜਾਂ ਦਿੱਤੀਆਂ। ਹੁਣ ਆਪਾਂ ਇਹ ਨਹੀਂ ਕਹਿਣਾ ਵੀ
ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ, ਕਿਉਂਕਿ ਆਪਾਂ ਇਹਨਾਂ ਸਿੱਖ ਵਿਗਿਆਨੀਆਂ ਦੀ ਜ਼ਿੰਦਗੀ 'ਤੇ ਰੌਸ਼ਨੀ ਪਾਈ ਹੈ। ਹੁਣ ਵੀਡੀਓ ਸ਼ੇਅਰ ਕਰਨੀ ਨਹੀਂ ਕਰਨੀ ਇਹ ਤੁਹਾਡੀ ਮਰਜ਼ੀ ਹੈ।